ਹੈਲੋ ਗਾਈਜ਼, ਵੈਲਕਮ ਬੈਕ ਟੂ ਦ ਚੈਨਲ। ਕਿਵੇਂ ਹੋ? ਚੱਕਰ ਯਾਰ, ਹਵਾ ਕਰ ਗਿਆ ਭਾਈ। ਸੋ ਅੱਜ ਦੇ ਵਲੌਗ ਦੀ ਸ਼ੁਰੂਆਤ ਹੈ, ਹੌਲੀ ਕਰ ਦਿੰਦੇ ਹਾਂ ਕੋਈ ਵਲੌਗ ਦੀ ਸ਼ੁਰੂਆਤ ਆਪਾਂ ਕਰ ਲਈ ਹੈ। ਅਤੇ ਜਿਵੇਂ ਤੁਸੀਂ ਪਹਿਲਾਂ ਵਲੌਗ ਦੇਖਿਆ ਹੋਣਾ ਚੰਡੀਗੜ੍ਹ ਦਾ, ਕਿਵੇਂ ਲੱਗਿਆ ਸਾਰਾ ਦੱਸਿਓ। ਜਿੱਦਾਂ ਚੰਡੀਗੜ੍ਹ ਦੇ ਵਲੌਗ ਵੀ ਹੋਰ ਲੈ ਕੇ ਆਉਂਦੇ ਰਹਾਂਗੇ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਗੱਡੀ 'ਤੇ ਭਾਈ, ਆਪਣਾ ਯਾਰ ਦੋਸਤ ਹੈਗਾ, ਉਹ ਵੱਡੀ ਚਾਹੀਦੀ ਸੀ, ਕਹਿੰਦਾ ਕਿ ਭਾਈ ਮੈਂ ਜਾਣਾ ਕਿਤੇ ਕੰਮ ਕਰਨਾ, ਮੈਂ ਜਾਣਾ ਗੱਡੀ ਲੈ ਜਾ ਕੇ ਜਾਣਾ ਸੀ ਐਕਟਿਵਾ ਚੱਲ ਜਾਂਗੇ। ਅਤੇ ਫਿਰ ਮਿਲਦੇ ਤੁਹਾਨੂੰ ਅੱਗੇ ਜਾ ਕੇ। ਚਲੋ ਬਾਈ, ਸਵਾਦ ਆ ਰਿਹਾ, ਨਾਲੇ ਹੈਪੀ ਸ਼ਿਵਰਾਤਰੀ ਸਾਰਿਆਂ ਨੂੰ ਬਾਈ। ਜੂਸ ਪੀ ਲਿਆ ਬਾਈ, ਜੂਸ ਪੀਓ ਜੂਸ। ਭੁੱਲ ਵੀ ਜਾਂਦੇ ਕਿ ਵੀ ਆਪਾਂ ਬਲੌਗਿੰਗ ਵੀ ਕਰਦੇ, ਆਪਾਂ ਬਲੌਗਰ ਵੀ ਹੁੰਦੇ ਯੂਟਿਊਬ 'ਤੇ। ਰੋਟੀ ਖਾ ਰਿਹਾ ਜੀ, ਰੋਜ਼ਗਾਰ ਦੀ ਮਾਰਕੀਟ ਵਿੱਚ ਹੁਣ ਬਾਹਰ ਹੀ ਰੋਟੀ ਖਾਣੀ ਪੈਂਦੀ ਹੈ, ਕੋਈ ਟਾਈਮ ਲੱਗਦਾ ਨਹੀਂ ਘਰ ਵੀ, ਚਲੋ ਰੋਟੀ ਖਾ ਲਈ। ਗਾਈਜ਼ ਜਿਵੇਂ ਆ ਤੁਸੀਂ ਦੇਖ ਲਿਆ, ਆਪਾਂ ਨਾਸ਼ਤਾ ਪਾਣੀ ਕਰਕੇ ਅਤੇ ਹੁਣ ਚੱਲੇ ਹਾਂ ਬਾਈ ਮੋਗਾ ਟਾਇਰ ਵੱਲ ਨੂੰ। ਅਤੇ ਉੱਥੇ ਟਾਇਰ ਵਗੈਰਾ ਦੇਖਦੇ ਹਾਂ ਬਈ, ਜੇ ਕੋਈ ਸਮਝ ਆਉਂਦੇ ਆਪਾਂ ਨੂੰ ਗੱਡੀ ਦੇ, ਕਿਉਂਕਿ ਨਾ ਗੱਡੀ ਦੇ ਟਾਇਰ ਹੋਊਗੇ ਜਾਂ ਬਈ 0% ਹੀ ਆ ਬਈ, ਕਦੋਂ ਇੱਕ ਦਾ ਤਾਂ ਪਟਾਕਾ ਪੈ ਗਿਆ, ਬਾਕੀਆਂ ਦਾ ਕਦੋਂ ਪੈ ਜੂਗਾ ਪਤਾ ਨਹੀਂ। ਬਾਕੀ ਜਾ ਕੇ ਪਤਾ ਲੱਗੂਗਾ ਕੀ ਪ੍ਰੋਗਰਾਮ ਆ ਉੱਥੇ, ਅਤੇ ਬਜਟ ਵਗੈਰਾ, ਰੇਟ ਸਿਸਟਮ ਵਗੈਰਾ, ਰੇਟ ਵਗੈਰਾ ਸਾਰੇ ਆਪਾਂ ਕੰਪੇਅਰ ਵੀ ਕਰਾਂਗੇ ਜਿੱਥੋਂ ਆਪਾਂ ਨੂੰ ਕੀ ਵਾਰਾ ਖਾਂਦਾ। ਵੈਸੇ ਤਾਂ ਆਪਾਂ ਨੂੰ ਮੂੰਗਾ ਤੋਂ ਇਲਾਵਾ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਹੁਣ ਫ੍ਰੀ 'ਚ ਐਡਵਰਟਾਈਜ਼ ਕਰ ਰਹੇ, ਚਲੋ ਕੋਈ ਗੱਲ ਨਹੀਂ, ਕੱਲ੍ਹ ਨੂੰ ਪੈਸੇ ਵੀ ਲਵਾਂਗੇ ਮੂੰਗੇ ਵਾਲਿਆਂ ਨੂੰ। ਚਲੋ, ਪਰ ਜੇ ਕਿਸੇ ਨੇ ਸਾਡੀ ਗੱਡੀ ਦੇ ਟਾਇਰ ਲੈਣੇ ਵੀ ਲੈ ਸਕਦਾ ਹੈ। ਡੰਡਾ ਮਾਰ ਕੇ ਖੇਡਣਾ ਹੋਇਆ ਤਾਂ ਬਣੀ ਨੀ ਗੱਲ, ਇੱਥੇ ਹੁਣ ਚੱਲੀ ਕਿਸੇ ਹੋਰ ਬੰਦੇ ਨੇ ਨਾ ਡਬਾਤਾ ਆਪਣਾ, ਕੀਤੀ ਕਿਰਾਏ ਖੂਹ 'ਚ ਪਵਾ ਲਈ ਬੰਦਿਆਂ ਨੇ, ਬਹੁਤ ਇਹਨਾਂ ਦਾ ਨਾਂ ਲਿਆ ਸੀਗਾ ਮੈਂ। ਚਲੋ ਕੋਈ ਗੱਲ ਨਹੀਂ, ਟਾਇਰ ਮਾਰਕੀਟ ਚੱਲਦੇ ਹਾਂ ਘੰਟਾ ਘਰ ਵਾਲੇ ਪਾਸੇ, ਟਾਇਰ ਮਾਰਕੀਟ ਉੱਥੇ ਚੱਲਦੇ ਬਾਈ। ਉੱਥੇ ਗਏ ਸੀਗੇ ਟਾਇਰ ਪਤਾ ਕਰਨ ਲਈ, ਗਏ ਅਤੇ ਟਾਇਰ ਆਪਾਂ ਨੂੰ ਪਸੰਦ ਪਾਉਣੇ, ਆਪਾਂ ਪੁਰਾਣੇ ਸੀਗੇ ਜੇ ਫਿਲਹਾਲ, ਪੁਰਾਣੇ ਇੰਨੇ ਪੁਰਾਣੇ ਨਹੀਂ ਵੀ 60-70% ਹੋਣ ਘੱਟੋ ਘੱਟ, 70% ਟਾਇਰ ਹੋਵੇ ਬ੍ਰਿਜਸਟੋਨ ਅਪੋਲੋ ਦੇ ਵਧੀਆ ਟਾਇਰ। ਪਰ ਇੱਧਰ ਗਏ ਸੀਗੇ, ਇਹਨਾਂ ਨੇ ਕਿਸੇ ਨੇ ਟੈਂਟ ਚੱਜਣਾ, ਇੱਕ ਹੀ ਬੰਦਾ ਸੀਗਾ ਟਾਇਰ ਕਹਿੰਦਾ ਬਈ ਹੈ ਨਹੀਂ ਚੱਜਦਾ, ਕਹਿੰਦੇ ਮਾੜਾ ਟਾਇਰ ਕਰੋਗੇ ਕੀ ਕਰੋਗੇ ਲੈ ਕੇ। ਅਤੇ ਇੱਕ ਦਿਖਾਇਆ ਉਹਨੇ ਕੀ ਕਹਿੰਦੇ 4 ਜਿਹੜੇ ਪੀਸ ਦਿਖਾਏ ਉਹਨੇ, ਉਸ ਨਾਲ ਮੇਰੇ ਖਿਆਲ ਨਾਲ ਉਹੀ 30% ਮੁਸ਼ਕਿਲ ਨਾ ਹੋਣਗੇ ਟਾਇਰ, 30-35% ਉਹਦੇ 9-10 ਹਜ਼ਾਰ ਮੰਗਣ ਦਿਆ ਬਈ। ਉਹਨੂੰ ਕਿਹਾ ਬਾਈ ਜੇ ਕੁਛ ਕਰਨਾ ਤੂੰ ਮਾਰਨੀ ਤੂੰ ਫੇਰ ਤਾਂ ਉਹਨੇ ਮੇਰੇ ਨਾਲ ਸਾਡੇ ਵਾਲੇ ਵੀ ਲੈ ਲੈਣੇ, ਸਾਡੇ ਵਾਲੇ ਵੀ ਲੈ ਲੈਣੇ ਜਿਹੜੇ ਇਸ ਹਿਸਾਬ ਦੇ।
ਪਜਾਮਾ ਦੇਖ ਰਿਹਾ ਵਾ, ਹੁਣ ਜਿਮ ਦਾ ਟਾਈਮ ਹੋ ਗਿਆ, ਪਜਾਮਾ ਆਪਣਾ ਨਾ ਲੈਣ ਵਾਲਾ ਸੀਗਾ। ਦੇਖੋ ਕਿਵੇਂ ਲੱਗ ਰਿਹਾ, ਕਿਵੇਂ ਝੱਲ ਲੱਗ ਰਿਹਾ। ਅੱਜ ਦਾ ਦਿਨ ਨਹੀਂ ਰੱਖਦੇ ਤੇ ਵਲੌਗ ਇੱਥੇ ਕਰਦੇ ਖਤਮ, ਤੇ ਮਿਲਦੇ ਨੈਕਸਟ ਵਲੌਗ ਚ। ਓਕੇ, ਬਾਏ ਬਾਏ, ਟੇਕ ਕੇਅਰ, ਸੀ ਯੂ, ਪੀਸ।